ਅੱਜ ਐਨਆਈਏ ਦੀ ਰੇਡ ਜਿਹੜੀ ਹੈਗੀ ਰਈਏ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਗਟ ਸਿੰਘ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਨੇ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਧਰਮ ਪਤਨੀ ਸੀਗੇ, ਉਹਨਾਂ ਨੂੰ ਐਨਆਈਏ ਦੀ ਟੀਮ ਜਿਹੜੀ ਸੀ ਥਾਣਾ ਬਿਆਸ ਲੈ ਕੇ ਆਈ ਸੀ। ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਜਿਹੜੇ ਤਰਸੇਮ ਸਿੰਘ, ਉਹ ਵੀ ਮੌਕੇ ਦੇ ਉੱਤੇ ਪਹੁੰਚਣ ਨਾਲ ਹੀ ਚਾਚਾ ਸੁਖਚੈਨ ਸਿੰਘ ਜਿਹੜੇ ਉਹ ਵੀ ਨਾਲ ਉੱਥੇ ਜਿਹੜੇ ਪਹੁੰਚ ਸੀਗੇ। ਤਾਂ ਹੁਣ ਬਾਹਰ ਆਏ ਹੋ, ਕੋਈ ਕਿਸ ਤਰ੍ਹਾਂ ਦੀ ਜਾਂਚ ਪੜਤਾਲ ਹੈਗੀ ਜਾਂ ਕੀ ਹੁਣ ਤੱਕ ਅੱਜ ਦੀ ਜਦੋਂ ਜਾਂਚ ਏਜੰਸੀ ਲੈ ਕੇ ਆਉਂਦੀ ਹੈਗੀ ਆ, ਤਾਂ ਉਹਨਾਂ ਨੇ ਕੁਛ ਸਪਸ਼ਟ ਕੀਤਾ ਹੋਵੇ ਇਸ ਨੂੰ ਲੈ ਕੇ ਕਿ ਕੀ ਕਾਰਨ ਸੀਗਾ, ਕਿਸ ਸੰਬੰਧੀ ਰੇਡ ਹੋਈ ਹੈ? ਨਹੀਂ, ਇੰਨਾ ਬਰੀਕੀ 'ਚ ਨਹੀਂ ਦੱਸਿਆ, ਪਰ ਉਹਨਾਂ ਦਾ ਜਿਹੜਾ ਮੇਨ ਹੈਗਾ ਵਾ ਟੀਮ ਇੰਚਾਰਜ ਜਿਹੜਾ ਵਾ ਜਾਦਵ, ਉਹਦੀ ਬੋਲੀ ਜਿਹੜੀ ਆ ਉਹ ਬਿਲਕੁਲ ਇਸ ਤਰ੍ਹਾਂ ਦੀ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਪੱਕਾ ਹੀ ਦਿਮਾਗ ਦੇ ਵਿੱਚ ਫਿੱਟ ਕੀਤਾ ਹੋਇਆ। ਉਹਨਾਂ ਮੈਨੂੰ ਸਵਾਲ ਪੁੱਛਿਆ ਵੀ ਜੇ ਖਾਲਿਸਤਾਨ ਤੁਸੀਂ ਖਾਲਿਸਤਾਨ ਬਣਾ ਕੇ ਕੀ ਕਰੋਗੇ, ਤੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਕਿ ਖਾਲਿਸਤਾਨ ਦੀ ਕੋਈ ਗੱਲ ਹੀ ਨਹੀਂ ਇੱਥੇ, ਕਿ ਤੁਸੀਂ ਆਏ ਕਿਹੜੇ ਕੰਮ 'ਚ, ਤੇ ਇਹ ਉਹਦੀ ਪਹਿਲੀ ਸਟੇਟਮੈਂਟ ਆ ਕੇ ਜਿਹੜਾ ਵੀ ਮਤਲਬ ਖਾਲਿਸਤਾਨ ਬਣਾ ਕੇ ਕੀ ਕਰੋਗੇ, ਇੱਥੋਂ ਸਾਨੂੰ ਲੱਗਾ। ਬਾਕੀ ਤਾਂ ਚਲੋ ਕੋਈ ਨਹੀਂ, ਜਾਂਚ ਦਾ ਵਿਸ਼ਾ ਵਾ ਉਹ ਜਦੋਂ ਹੋਏਗਾ ਤਾਂ ਪਤਾ ਲੱਗ ਜਾਏਗਾ। ਸਵੇਰੇ ਕਿੰਨੇ ਵਜੇ ਜਿਹੜਾ ਹੈਗਾ ਤੁਹਾਨੂੰ ਸੂਚਨਾ ਮਿਲਦੀ ਹੈਗੀ ਆ ਕਿ ਐਨਆਈਏ ਦੀ ਰੇਡ ਆ? ਸ਼ੁਰੂਆਤ ਜਿਹੜੀ ਹੈਗੀ ਆ ਜਿਵੇਂ ਜਾਣਕਾਰੀ ਸਾਹਮਣੇ ਆ ਰਹੀ ਆ ਸੂਤਰਾਂ ਤੋਂ ਕਿ ਜੱਲੂਪੁਰ ਖੈੜਾ ਪਹਿਲਾਂ ਟੀਮ ਆਉਂਦੀ ਆ, ਉਸ ਤੋਂ ਬਾਅਦ ਪ੍ਰਗਟ ਸਿੰਘ ਦੇ ਘਰੇ ਜਾਂਦੇ ਨੇ, ਜਾਂ ਫਿਰ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੀਜਾ ਜੀ ਉੱਥੇ ਬਤਾਲੇ ਜਾਂਦੀਆਂ ਟੀਮਾਂ, ਕਿਵੇਂ ਥੋੜਾ ਜਿਹਾ ਤੁਹਾਨੂੰ ਪਤਾ ਲੱਗਾ ਜਾਣਕਾਰੀ? ਨਹੀਂ, ਸਾਨੂੰ ਕਿ ਤੁਹਾਨੂੰ ਦੱਸਿਆ 5:30 ਵਜੇ ਜਿਹੜਾ ਸਵੇਰੇ ਜਦੋਂ ਇਹਨਾਂ ਦਾ ਦਰਵਾਜ਼ਾ ਖੜਕਾਇਆ ਘਰ ਵਾਲਾ ਜੱਲੂਪੁਰ ਖੈੜਾ, ਤੇ ਉਦੋਂ ਅਸੀਂ ਉੱਠ ਕੇ ਜਾਂ ਦੇਖਿਆ ਬਾਹਰ, ਤੇ ਮੈਂ ਅੱਗੇ ਹੋਇਆ ਵੀ ਕੀ ਗੱਲ ਹੋਈ ਹੈ, ਫਿਰ ਇਹਨਾਂ ਦੱਸਿਆ ਕਿ ਕੋਈ ਟੀਮ ਆਈ ਹੈ। ਫਿਰ ਉੱਪਰ ਕਮਰੇ 'ਚ ਗਿਆ, ਉੱਥੇ ਉਹ ਪਹਿਲੀ ਜਿਹੜੀ ਭਰਜਾਈ ਛੋਟੀ ਪ੍ਰਗਟ ਸਿੰਘ ਦੀ, ਇਹ ਬੇਟਾ ਸੀਗਾ, ਉਹਨਾਂ ਨੂੰ ਇਹ ਕਹਿ ਰਿਹਾ ਸੀ ਵੀ ਸਾਡੇ ਨਾਲ ਚੱਲੋ। ਮੈਂ ਕਿਹਾ ਨਹੀਂ, ਮੈਂ ਤੁਹਾਡੇ ਨਾਲ ਚੱਲਦਾ, ਕੋਈ ਗੱਲ ਨਹੀਂ, ਤੁਸੀਂ ਦੱਸੋ ਪ੍ਰਗਟ ਸਿੰਘ ਕਿੱਥੇ ਰਹਿੰਦਾ। ਇਹਨਾਂ ਪੁੱਛਿਆ, ਮੈਂ ਕਿਹਾ ਉਹ ਪ੍ਰਗਟ ਸਿੰਘ ਤੇ ਰਈਏ ਰਹਿੰਦਾ ਕਿ ਉਹ ਬੱਚੇ ਪੜ੍ਹਾਉਣ ਦਾ ਕਰਕੇ ਉੱਥੇ ਆ ਗਿਆ ਹੋਇਆ। ਉਹ ਕਹਿੰਦੇ ਤੁਸੀਂ ਸਾਡੇ ਨਾਲ ਚੱਲੋ, ਸਾਨੂੰ ਦੱਸੋ। ਮੈਨੂੰ ਤਾਂ ਆਪਣਾ ਕੋਈ ਮੋਬਾਈਲ ਵੀ ਨਹੀਂ ਲੈਣ ਦਿੱਤਾ ਉੱਥੋਂ, ਜਾਂ ਕੋਈ ਗੱਲ ਆ ਜੇ ਉੱਦਾਂ ਹੀ ਮੈਂ ਤੇ ਨਾਲ ਹੀ ਇੰਨਾ ਚੱਲ ਪਿਆ, ਚਲੋ ਕੋਈ ਗੱਲ ਨਹੀਂ। ਪਰ ਉਹਦਾ ਪਹਿਲਾ ਹੀ ਜਾਦਵ ਦਾ ਸਵਾਲ ਹੀ ਹੈਗਾ ਕਿ ਤੁਸੀਂ ਖਾਲਿਸਤਾਨ ਬਣਾ ਕੇ ਕੀ ਕਰੋਗੇ। ਖਾਲਿਸਤਾਨ ਦਾ ਪਤਾ ਨਹੀਂ ਵੀ ਇਹ ਇਹਨਾਂ ਅਫਸਰਾਂ ਦੇ ਵੀ ਮਨ ਦੇ ਵਿੱਚ, ਮਤਲਬ ਇਹ ਸਿਆਸੀ ਪਾਰਟੀਆਂ ਤੇ ਕਰਦੀਆਂ ਨਹੀਂ ਜਾਂਦਾ, ਇਹਨਾਂ ਨੂੰ ਪਤਾ ਨਹੀਂ ਇੱਥੋਂ ਕੀ ਮਤਲਬ, ਇਹ ਕੋਈ ਪ੍ਰਗਟ ਸਿੰਘ ਕੋਈ ਖਾਲਿਸਤਾਨ ਦੀ ਗੱਲ ਕਰਦਾ ਜਾਂ ਕੀ ਗੱਲ ਵਾ? ਬਤਾਲੇ ਦੇ ਵਿੱਚ ਵੀ ਰੇਡ ਹੋਈ ਹੈ, ਉਸ ਤੋਂ ਇਲਾਵਾ ਹੋਰ ਵੀ ਰੇਡ ਹੈਗੀ ਹੈ, ਤਾਂ ਇਹ ਪਰਿਵਾਰਕ ਕਨੈਕਸ਼ਨ ਕਿਹੜਾ ਕਿਹੜਾ ਹੈਗਾ ਜਿਹੜਾ ਅੱਜ ਦੀ ਜਿਹੜੀ ਐਨਆਈਏ ਦੀ ਰੇਡ ਹੋਈਆਂ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ? ਪਰਿਵਾਰਕ ਨਹੀਂ, ਉਹਦਾ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ ਹੋਣਾ ਜਾਂ ਸਮਰਥਕ ਹੋਣਾ, ਜੋ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਹੜੇ ਉਹ ਜਾਣਬੁੱਝ ਕੇ ਜਿਹੜੀਆਂ ਏਜੰਸੀਆਂ ਜਿੱਦਾਂ ਦੀ ਉਹ ਸਵਾਲ ਕਰ ਰਹੀਆਂ ਕਿ ਜਿਹੜੀ ਕੋਈ ਇੱਥੇ ਕੋਈ ਇੱਦਾਂ ਦੀ ਨਾ ਕੋਈ ਕਿਸੇ ਨੇ ਕੋਈ ਇੱਦਾਂ ਦੀ ਕੋਈ ਗੱਲ ਕੀਤੀ ਆ, ਅਤੇ ਉਹ ਚੀਜ਼ ਹੈ ਕਿ ਮਤਲਬ ਲੋਕਾਂ ਨੂੰ ਉਹਨਾਂ ਨੂੰ ਅੰਮ੍ਰਿਤਪਾਲ ਨੂੰ ਜਾਂ ਜ਼ਿਆਦਾ ਟਾਈਮ ਜੇਲ੍ਹ 'ਚ ਰੱਖਣਾ ਚਾਹ ਰਹੀਆਂ ਸਰਕਾਰਾਂ, ਜਾਂ ਕੁਛ ਇਹੋ ਜਿਹੇ ਹੱਥ ਕੰਡੇ ਅਪਣਾਏ ਜਾ ਰਹੇ ਕਿ ਪੰਜਾਬ 'ਚ ਬਹੁਤ ਜੀ ਇਹ ਕੁਛ ਹੋ ਰਿਹਾ, ਇੱਦਾਂ ਦੀ ਮੇਰੇ ਖਿਆਲ ਲੋਕਾਂ ਨੇ ਅੱਗੇ ਵੀ ਇਹਨਾਂ ਚੀਜ਼ਾਂ ਨੂੰ ਨਕਾਰਤਾ, ਅਤੇ ਹੁਣ ਵੀ ਇਹ ਜਿਹੜੇ ਇਹੋ ਜਿਹੇ ਹੱਥ ਕੰਡੇ ਅਪਣਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਡਰਾਇਆ ਧਮਕਾਇਆ ਜਾ ਰਿਹਾ। ਮੇਰੇ ਖਿਆਲ ਲੋਕ ਇਹ ਸਾਰੇ ਸਮਝਦਾ ਰਹੇ, ਇਹ ਸਰਕਾਰ ਬਸ ਆਪਣੇ ਜਿਹੜੇ ਲੋਕਾਂ ਦੀ ਗੱਲ ਜਿਹੜੀ ਅੰਮ੍ਰਿਤਪਾਲ ਸਿੰਘ ਕਰ ਰਿਹਾ ਸੀ ਜਾਂ ਉਹਨਾਂ ਦਾ ਪਰਿਵਾਰ ਉਦੋਂ ਬਾਅਦ 'ਚ ਕਰ ਰਿਹਾ, ਤੇ ਉਹਨੂੰ ਰੋਕਣ ਦੀ ਸਾਜਿਸ਼ ਹੈ। ਜਿਹੜਾ ਅੱਜ ਰੇਡ ਹੋਈ ਹੈਗੀ ਰਈਏ ਵਿੱਚ, ਕੀ ਜਿਹੜਾ ਹੈਗਾ ਪਰਿਵਾਰ ਐਨਆਈਏ ਦੀ ਟੀਮ ਵੱਲੋਂ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਹੈਗਾ? ਉਹਨਾਂ ਦੇ ਵਿੱਚੋਂ 2 ਮੋਬਾਈਲ ਆ, ਤੇ 2 ਹੈਗੇ ਪੈਨ ਡਰਾਈਵ ਆ, ਇੱਕ ਹਾਰਡ ਡਿਸਕ ਵਾ, ਇੱਕ ਪਲੇਨ ਕਾਗਜ਼ ਆ। ਹਾਂਜੀ, ਹੁਣ ਉਹਨਾਂ ਦੇ ਪ੍ਰਗਟ ਸਿੰਘ ਧਰਮ ਪਤਨੀ ਅਮਰਜੀਤ ਕੌਰ ਜੀ ਉਹ ਆਏ ਸੀਗੇ ਔਰ ਤੁਸੀਂ ਨਾਲ ਆਏ ਸੀਗੇ, ਤੇ ਹੁਣ ਕੋਈ ਐਨਆਈਏ ਵੱਲੋਂ ਕਿਸੇ ਤਰ੍ਹਾਂ ਕਿਸੇ ਨੂੰ ਵਿਅਕਤੀ ਨੂੰ ਜਾਂ ਔਰਤ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਾਂ ਫਿਰ? ਨਹੀਂ, ਕੋਈ ਹਿਰਾਸਤ 'ਚ ਨਹੀਂ ਲਿਆ, ਉਹਨਾਂ ਨੇ ਸਾਨੂੰ ਇੱਕ ਨੋਟਿਸ ਦਿੱਤਾ ਜਿਹੜਾ 26 ਤਰੀਕ ਨੂੰ ਉੱਥੇ ਬੁਲਾਇਆ ਕਰੇਗਾ, ਉੱਥੇ ਹੀ ਜਾਵਾਂਗੇ ਉਹਨੂੰ ਲੈ ਕੇ ਉੱਥੇ ਕਿਤੇ। ਬਾਕੀ ਸਾਨੂੰ ਪੇਪਰ ਦੇ ਦਿੱਤੇ ਉਹਨਾਂ ਨੇ, ਜਿਹੜੇ ਜਿੰਨਾ ਉਹਨਾਂ ਲਿਖਾ ਪੜ੍ਹੀ ਕੀਤੀ ਹੈ, ਕਿਹੜੀ ਕਿਹੜੀ ਚੀਜ਼ ਬਰਾਮਦ, ਕਿਵੇਂ ਕਿਵੇਂ ਉਹ ਕੈਮਰੇ ਦੇ ਥਰੂ ਚੱਲਿਆ 5:30 ਵਜੇ ਤੋਂ, ਉਹੀ ਇਹਨਾਂ ਨੇ ਇੱਥੇ ਜਿਹੜੀ ਪ੍ਰੋਸੀਡਿੰਗ ਕੀਤੀ।
ਕਰੀਬ 6-7 ਘੰਟੇ ਤੋਂ ਇਹ ਪ੍ਰੋਸੈਸ ਚੱਲ ਰਿਹਾ ਕਿਉਂਕਿ 12:30 ਦਾ ਸਮਾਂ ਹੋ ਚੁੱਕਾ ਔਰ ਸਵੇਰੇ 5:30 ਵਜੇ ਤੋਂ ਤੁਹਾਡੇ ਕਹਿਣ ਅਨੁਸਾਰ ਕਿ ਟੀਮ ਪਹੁੰਚ ਗਈ 5 ਤੋਂ ਸ਼ੁਰੂ ਹੋ ਗਏ ਹੁਣ ਤੱਕ ਦੇਖੋ 10:55 ਦੇ ਕਹਿੰਦੇ ਸੀ 10:55 ਤੋਂ ਵੀ ਜਿਹੜਾ 12 ਹੀ ਵੱਜ ਗਏ ਇਹਨਾਂ ਨੇ ਮਾਮਲੇ ਨੂੰ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਕੋਈ FIR ਨੰਬਰ ਵੀ ਦੱਸ ਦਿਓ ਹਾਂਜੀ ਹਾਂ ਉਹ 16-23 ਦੀ ਕਹਿੰਦੇ FIR ਆ ਉਹਦੀ ਸਾਨੂੰ ਕਾਪੀ ਅਜੇ ਮਿਲੀ ਨਹੀਂ 16-23 ਦੇ ਕਹਿੰਦੇ ਵੀ ਇਹ ਜਿਹੜਾ ਮੁਕਦਮਾ ਦਰਜ ਹੈ ਹੁਣ ਤੱਕ ਸਾਫ਼ ਸਪਸ਼ਟ ਕੁਛ ਪਤਾ ਲੱਗ ਸਕਿਆ ਕਿ ਇਸ ਰੇਡ ਦੇ ਦੌਰਾਨ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਦੇ ਜੀਜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਵਾਲ ਕੀਤਾ ਸੀਗਾ ਕਿ ਉਹਨਾਂ ਦੇ ਘਰੇ ਵੀ ਰੇਡ ਹੋਈ ਹੈਗੀ ਉਹ ਵਿਦੇਸ਼ ਦੇ ਵਿੱਚ ਹੈਗੇ ਨੇ ਪ੍ਰਗਟ ਸਿੰਘ ਦੇ ਘਰੇ ਅੱਜ ਰੇਡ ਹੋਈ ਹੈਗੀ ਹੈ ਔਰ ਇਸ ਦੇ ਨਾਲ ਹੀ ਹੋਰ ਜਗ੍ਹਾ ਤੋਂ ਰੇਡ ਹੋਈ ਹੈਗੀ ਹੈ ਤਾਂ ਇਸ ਦੇ ਵਿੱਚ ਹੁਣ ਤੱਕ ਤੁਹਾਡੇ ਕੋਲ ਜਾਂਚ ਏਜੰਸੀ ਨਾਲ ਗੱਲਬਾਤ ਹੋਈ ਹੈ ਤੁਸੀਂ ਮਿਲੇ ਉਹ ਇਹਨਾਂ ਨੇ ਵੀ ਪੁੱਛ ਪੜਤਾਲ ਕੀਤੀ ਹੈਗੀ ਤੁਹਾਡੇ ਕੋਲ ਥਾਣਾ ਬਿਆਸ ਦੇ ਵਿੱਚ ਤਾਂ ਕੁਝ ਸਪਸ਼ਟ ਕੀਤਾ ਕਿ ਕਾਰਨ ਕੀ ਸੀਗਾ ਰੇਡ ਦਾ ਕਦੋਂ ਹੋਇਆ ਕੋਈ ਕਾਰਨ ਨਹੀਂ ਸਪਸ਼ਟ ਕੀਤਾ ਉਹਨਾਂ ਨੇ ਨਾ ਹੀ ਸਾਨੂੰ ਤਾਂ ਹੁਣ ਤੁਹਾਡੇ ਕੋਲ ਪਤਾ ਲੱਗਾ ਕਿ ਹੋਰ ਜਗ੍ਹਾ ਵੀ ਗਏ ਸਾਨੂੰ ਤੇ ਜਿਉਂ 5:30 ਵਜੇ ਤੋਂ ਸਾਨੂੰ ਖਾਲੀ ਪ੍ਰਗਟ ਸਿੰਘ ਦੇ ਬਾਰੇ ਪਤਾ ਲੱਗਾ ਕਿ ਪ੍ਰਗਟ ਸਿੰਘ ਨੇ ਮਤਲਬ ਉਹਦੇ ਜਿਹੜਾ NI ਨੇ ਛਾਪਾ ਮਾਰਿਆ ਉਹਨਾਂ ਬੜੀ ਬਰੀਕੀ ਦੇ ਨਾਲ ਦੇਖਿਆ ਉਹਨਾਂ ਜਿੱਦਾਂ ਕਰਦੇ ਉਹਨਾਂ ਚੰਗੀ ਤਰ੍ਹਾਂ ਕੋਈ ਇਹੋ ਜਿਹੀ ਕੋਈ ਇਤਰਾਜ਼ ਯੋਗ ਅਸੀਂ ਤੇ ਨਹੀਂ ਉਹ ਮੋਬਾਈਲ ਤੇ ਤੁਹਾਨੂੰ ਪਤਾ ਆਮ ਹੀ ਹੁਣ ਘਰਾਂ ਦੇ ਵਿੱਚ ਬੱਚਿਆਂ ਦੇ ਕੋਲ ਵੀ ਆ ਤੇ ਇਹਨਾਂ ਦੇ ਕੋਲ ਵੀ ਉਹ ਮੋਬਾਈਲ 2 ਆ ਤੇ 2 ਪੈਨ ਡਰਾਈਵ ਆ ਇੱਕ ਹਾਰਡ ਡਿਸਕ ਹੈ ਤੇ ਕੈਮਰੇ ਲੱਗੇ ਹੋਏ ਉਹਨਾਂ ਦੇ ਇੱਕ ਕਾਗਜ਼ ਵਾਜੇ ਤੇ ਕੋਈ ਉਹਨਾਂ ਦਾ ਸਾਖਾ 26 ਤਰੀਕ ਦਾ ਨੋਟਿਸ ਹੈਗਾ ਜਾਂਚ ਦੇ ਵਿੱਚ ਸ਼ਾਮਲ ਹੋਣ ਜਾਓਗੇ ਤੁਸੀਂ 26 ਤਰੀਕ ਨੂੰ ਚੰਡੀਗੜ੍ਹ ਹਾਂਜੀ ਹਾਂ 26 ਤਰੀਕ ਨੂੰ ਜਿਹੜਾ ਵਾ ਹੁਣ ਨਾਲ ਜਾਵਾਂਗੇ ਠੀਕ ਹੈ ਤਾਂ ਜੋ ਅੱਜ ਸਵੇਰ ਤੋਂ ਰੇਡ ਚੱਲ ਰਹੀਆਂ ਸੀਗੀਆਂ ਉਸ ਦੇ ਬਾਅਦ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਜਾਂਚ ਏਜੰਸੀ ਵੱਲੋਂ ਜਿਹੜੇ ਹਿਰਾਸਤ ਦੇ ਵਿੱਚ ਜਾਂ ਕਹਿ ਦਈਏ ਕਿ ਪੁੱਛ ਪੜਤਾਲ ਦੇ ਲਈ ਜਿਹੜਾ ਹੈਗਾ ਥਾਣਾ ਬਿਆਸ ਬੀਬੀ ਅਮਰਜੀਤ ਕੌਰ ਨੂੰ ਨਾਲ ਲਿਆਂਦਾ ਸੀਗਾ ਉਸ ਤੋਂ ਬਾਅਦ ਨਾਲ ਹੀ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਜਾਂ ਫਿਰ ਚਾਚਾ ਸੁਖਚੈਨ ਸਿੰਘ ਜਿਹੜੇ ਕਿ ਸਵੇਰ ਤੋਂ ਜਿਵੇਂ ਉਹਨਾਂ ਨੇ ਦੱਸਿਆ ਹੈਗਾ ਕਿ ਸਵੇਰੇ 5:30 ਦੇ ਕਰੀਬ ਪਿੰਡ ਜੱਲੂਪੁਰ ਖੈੜਾ ਦੇ ਵਿੱਚ ਟੀਮ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਪ੍ਰਗਟ ਸਿੰਘ ਦਾ ਪੁੱਛਿਆ ਜਾਂਦਾ ਉਹਨਾਂ ਦੇ ਘਰ ਰੇਡ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਪੁੱਛ ਪੜਤਾਲ ਦੇ ਲਈ ਕਿਉਂਕਿ ਸਮਰਥਕਾਂ ਦਾ ਉਹਨਾਂ ਦਾ ਕਹਿਣਾ ਹੈਗਾ ਕਿ ਕੱਟ ਸੀਗਾ ਔਰ ਉਸ ਤੋਂ ਬਾਅਦ ਪ੍ਰਗਟ ਸਿੰਘ ਦੇ ਜੋ ਧਰਮਪਤਨੀ ਨੇ ਉਹਨਾਂ ਨੂੰ ਪੁੱਛ ਪੜਤਾਲ ਦੇ ਲਈ ਜਿਹੜਾ ਹੈਗਾ ਥਾਣਾ ਬਿਆਸ ਲਿਆਂਦਾ ਜਾਂਦਾ ਔਰ ਨਾਲ ਹੀ ਜਿਹੜੇ ਕਹਿ ਸਕਦੇ ਹਾਂ ਕਿ ਚਾਚਾ ਸੁਖਚੈਨ ਸਿੰਘ ਜੋ ਅੰਮ੍ਰਿਤਪਾਲ ਸਿੰਘ ਦੇ ਨੇ ਉਹ ਮੌਜੂਦ ਨੇ ਪਿਤਾ ਤਰਸੀਮ ਸਿੰਘ ਮੌਜੂਦ ਨੇ ਔਰ ਹੁਣ ਉਹਨਾਂ ਦਾ ਕਹਿਣਾ ਹੈਗਾ ਕਿ 26 ਤਰੀਕ ਨੂੰ ਜਿਹੜਾ ਹੈਗਾ ਹੈ ਉਹਨਾਂ ਨੂੰ ਚੰਡੀਗੜ੍ਹ ਟੀਮ ਵੱਲੋਂ ਬੁਲਾਇਆ ਗਿਆ ਔਰ ਉਹ ਇਸ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ 26 ਤਰੀਕ ਨੂੰ ਹੁਣ ਚੰਡੀਗੜ੍ਹ ਜਾਣਗੇ ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਿਆਸ